ਲੁਧਿਆਣਾ ਸ਼ਹਿਰ ਦੀ ਕੁਮਾਰ ਮੰਡੀ ਸਥਿਤ ਨਜਾਇਜ਼ ਕਬਜ਼ੇ ਹਟਾਉਣ ਨੂੰ ਲੈ ਕੇ ਬੁੱਧਵਾਰ ਨੂੰ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ। ਇੱਥੇ ਨਜਾਇਜ਼ ਕਬਜ਼ੇ ਹਟਾ ਦਿੱਤੇ ਗਏ ਤਾਂ ਨਗਰ ਨਿਗਮ ਦੇ ਅਧਿਕਾਰੀਆਂ ਤੇ ਪੁਲਿਸ ਦਾ ਲੋਕਾਂ ਨੇ ਜੰਮ ਕੇ ਵਿਰੋਧ ਕੀਤਾ। ਪ੍ਰਾਪਤ ਜਾਣਕਾਰੀ ਮੁਤਾਬਕ ਸ਼ਹਿਰ ਦੀ ਕੁਮਾਰ ਮੰਡੀ 'ਚ 50 ਦੁਕਾਨਾਂ ਨੂੰ ਨਜਾਇਜ਼ ਕਰਾਰ ਦਿੰਦੇ ਹੋਏ ਨਗਰ ਨਿਗਮ ਦੇ ਅਧਿਕਾਰੀਆਂ ਨੇ ਹਾਈਕੋਰਟ ਦੇ ਆਦੇਸ਼ ਮੁਤਾਬਕ ਇਹਨਾਂ ਦੁਕਾਨਾਂ ਤੇ ਬੁੱਧਵਾਰ ਨੂੰ ਬੁਲਡੋਜ਼ਰ ਚਲਵਾ ਦਿੱਤਾ, ਜਿਸ ਤੋਂ ਬਾਅਦ ਲੋਕਾਂ 'ਚ ਭਾਰੀ ਰੋਸ ਪੈਦਾ ਹੋ ਗਿਆ। ਲੋਕ ਮੇਰਾ ਨਾਮ ਕੀ ਨਾਮ ਹੈ? ਦੀਪਕ ਕੁਮਾਰ ਮੇਰਾ ਨਾਮ ਹੈ ਜੀ। ਰਾਜਸਥਾਨੀ ਫੈਸ਼ਨ ਜੁਐਲਰੀ ਮੇਰੀ ਦੁਕਾਨ ਹੈ ਜੀ। ਮੇਰਾ ਜੀ ਉੱਥੇ ਦੋ ਮਾਲ ਦਾ ਤਿੰਨ ਮਾਲ ਦਾ ਝਗੜਾ ਹੋਇਆ ਸੀ। ਕਿਰਨ ਜੋਤੀ ਮੈਡਮ ਨੇ 2 ਲੱਖ ਰੈਂਟ ਲਾਇਆ ਸੀ, ਮੈਂ ਰੈਂਟ ਪੇ ਕੀਤਾ ਔਰ ਲਦੀਪ ਹੋਟਲ ਮੈਂ ਸਟੇ ਦਿੱਤੀ ਸੀ ਜੀ। ਉਹ ਪਰਮਾਨੈਂਟ ਸਟੇ ਹੈ ਗਿਆ ਜੀ ਮੇਰੇ ਕੋਲ। ਉਹਨਾਂ ਨੇ ਕੁਛ ਵੀ ਨਹੀਂ ਦੇਖਿਆ, ਸੀ ਦੁਕਾਨ ਤੋੜਤੀ। ਮੈਂ 10 ਮਿੰਟ ਟਾਈਮ ਵੀ ਨਹੀਂ ਦਿੱਤਾ, ਮੈਂ ਦੁਕਾਨ 'ਚ ਸਮਾਨ ਕੱਢ ਲਾ। ਮੇਰਾ 15 ਲੱਖ ਸਮਾਨ ਹੈ ਅਤੇ 12 ਲੱਖ ਮੇਰੇ ਲੋਨ ਦਾ ਕਰਜ਼ਾ, ਮੈਂ ਕਿੱਥੋਂ ਉਤਾਰਾਂਗਾ ਜੀ ਉਹ ਦੱਸੋ ਜੀ। ਪਰ ਉਹਨਾਂ ਨੇ ਕਿਹਾ, ਕਾਰਪੋਰੇਸ਼ਨ ਅਫਸਰਾਂ ਨੇ ਕਿਹਾ ਕਿ ਅਸੀਂ ਇਹਨਾਂ ਨੂੰ ਪਹਿਲਾਂ ਅਲਟੀਮੇਟਮ, ਕੋਈ ਵੀ ਨੋਟਿਸ ਨਹੀਂ ਦਿੱਤਾ ਇਹਨਾਂ ਨੇ ਸਾਨੂੰ, ਕੋਈ ਵੀ ਨਹੀਂ। ਸਟੇ ਵਾਲੇ ਤੋਂ ਨੋਟਿਸ ਲੈਂਦੇ ਜੀ, ਇੱਕ ਵੀ ਪ੍ਰੂਫ ਕਰਦੇ, ਨੋਟਿਸ ਕੋਈ ਵੀ ਨਹੀਂ ਮਿਲਿਆ ਸਾਨੂੰ ਜੀ। ਇੱਕ ਵੀ ਨੋਟਿਸ ਨਹੀਂ ਦਿੱਤਾ ਕਿਸੇ ਨੂੰ ਸਮਾਨ ਤੱਕ ਕੱਢਣ ਦਾ। ਸਮਾਨ ਤੱਕ ਕੱਢਣ ਦਾ 10 ਮਿੰਟ ਅਸੀਂ ਸਮਾਨ ਕੱਢ ਲਈਏ। ਗੱਲ ਹੈ ਕਾਰਪੋਰੇਸ਼ਨ ਦੇ ਕੋਲ, ਇਹ ਦੁਕਾਨ ਦੀ ਮਲਕੀ ਮੇਰੇ ਕੋਲ ਪ੍ਰੂਫ ਹੈਗਾ ਜੀ, ਕਿ ਮਾਲਕ ਹੈ ਪ੍ਰੋਪਰਟੀ, ਪ੍ਰੂਫ ਹੈ ਸਟੇ ਦਾ, ਰੈਂਟ ਦਿੱਤੇ ਦਾ, ਮੇਰੇ ਕੋਲ ਸਾਰਾ ਕੁਝ ਹੈਗਾ ਜੀ। ਐਪਲੀਕੇਸ਼ਨ ਤੋਂ ਲੱਗਿਆ ਤੁਹਾਨੂੰ ਕੀ ਲੱਗਦਾ ਕਿ ਇਲੈਕਸ਼ਨਾਂ ਦੇ ਬਾਅਦ ਹੀ ਕਿਉਂ ਹੋਇਆ ਇਹ ਬੈਸ? ਜਿਹਦੇ ਵਿੱਚ ਸਾਡੀ, ਅਸੀਂ ਕੋਈ 25 ਸਾਲ ਤੋਂ ਬੈਠੇ ਹਾਂ ਔਰ ਕਾਰਪੋਰੇਸ਼ਨ ਦੀ ਇਹਦੀ ਕੋਈ ਮਾਲਕੀ ਨਹੀਂ ਹੈਗੀ। ਹਾਈਕੋਰਟ ਤੋਂ ਸਾਡਾ ਪਰਮਾਨੈਂਟ ਸਟੇ ਹੈਗਾ, ਸਟੇ ਕੰਟੀਨਿਊ ਹੈ, ਉਹਦੇ ਬਾਵਜੂਦ ਇਹ ਕੋਈ ਡਾਕੂਮੈਂਟ ਦੇਖਣ ਨੂੰ ਤਿਆਰ ਨਹੀਂ। ਅਸੀਂ ਡਾਕੂਮੈਂਟ ਲੈ ਕੇ ਅੱਜ ਬੈਠੇ ਹਾਂ, ਸਾਡੇ ਕਾਗਜ਼ਾਂ ਨੂੰ ਇਗਨੋਰ ਕਰ ਰਹੇ ਨੇ ਕਿ ਨਹੀਂ ਅਸੀਂ ਜੋ ਹੈਗਾ ਧੱਕਾ ਕਰਨਾ। ਔਰ ਫੋਰਸ ਦੇਖੋ, ਇਹਨਾਂ ਨੇ ਇੰਨੀ ਕੁ ਬੁਲਾਈ ਆ ਕਿ ਇੱਥੇ ਬਿਲਕੁਲ ਸਾਰਾ ਜ਼ਰੀਨ ਧੱਕਾ ਕਰ ਰਹੇ ਨੇ। ਹਾਈਕੋਰਟ ਦੇ ਸਟੇ ਨੂੰ ਕੋਈ ਨਹੀਂ ਮੰਨਦੇ ਹੈਗੇ, ਜਿਹੜੇ ਕਿ 1724 ਰਿਟ ਪਟੀਸ਼ਨ ਦੇ ਆਧਾਰ 'ਤੇ ਸਟੇ ਹੋਇਆ ਹੋਇਆ, ਉਹ ਉਹਨੂੰ ਕੋਈ ਨਹੀਂ ਮੰਨਦੇ। ਇਸ ਜਗ੍ਹਾ ਦੀ ਮਾਲਕੀ ਜਿਹੜੀ ਉਹ ਬਨਾਰਸੀ ਦਾਸ ਹੀ ਹੈ। ਬਨਾਰਸੀ ਦਾਸ ਨੇ ਇੱਥੇ ਦੁਕਾਨਦਾਰਾਂ ਨੂੰ ਕਿਰਾਏਦਾਰ ਬਣਾਇਆ ਔਰ ਸਟੇਟ ਗੌਰਮੈਂਟ ਨੂੰ ਹਾਈਕੋਰਟ ਤੋਂ, ਸੁਪਰੀਮ ਕੋਰਟ ਤੋਂ 1-1 ਲੱਖ ਰੁਪਇਆ ਪੈਨਲਟੀ ਪੈ ਚੁੱਕੀ ਹੈ ਔਰ ਫਿਰ ਵੀ ਅੱਜ ਇੱਥੇ ਧੱਕਾ ਕਰ ਰਹੇ ਨੇ। ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਜੋ ਧੱਕਾ ਹੋ ਰਿਹਾ ਜੀ? ਇਹ ਅਸੀਂ ਤਾਂ ਹਾਈਕੋਰਟ ਦੇ ਵਿੱਚ ਜਾ ਕੇ ਰਿਪੋਟੇਸ਼ਨ ਮਾਰਾਂਗੇ ਔਰ ਕੰਡੈਮਡ ਪਾਵਾਂਗੇ, ਕਿਉਂਕਿ ਹਾਈਕੋਰਟ ਔਰ ਸੁਪਰੀਮ ਕੋਰਟ ਦੇ ਆਰਡਰਾਂ ਦੀ ਉਲੰਘਣਾ ਹੋ ਰਹੀ ਹੈ। ਤੁਸੀਂ ਇਹ ਆਰਡਰ ਉਹਨਾਂ ਨੂੰ ਦਿਖਾਏ ਨੇ ਜੀ? ਮੈਂ ਜੀ ਦੇਖਣ ਨੂੰ ਤਿਆਰ ਨਹੀਂ, ਪੜ੍ਹਨ ਨੂੰ ਤਿਆਰ ਨਹੀਂ ਹੈ। ਕਹਿੰਦੇ ਅਸੀਂ ਨਹੀਂ ਕੁਛ ਮੰਨਦੇ ਹੈਗੇ। ਅਸੀਂ ਬਥੇਰਾ ਰਿਕੁਐਸਟ ਕੀਤੀ, ਹੱਥ ਜੋੜੇ ਨੇ, ਲੇਕਿਨ ਇਹਨਾਂ ਦੀ ਸਮਝ ਦੇ ਵਿੱਚ ਕੋਈ ਨਹੀਂ। ਇਹ ਜਿਹੜੇ ਤੋੜ ਰਹੇ ਨੇ ਤਾਂ ਕੀ ਕਾਰਨ, ਕਿਉਂ ਤੋੜ ਰਹੇ ਨੇ ਜੀ? ਭਾਜੀ ਇਹਦੇ ਧੱਕਾਸ਼ਾਹੀ ਕਰ ਰਹੇ ਨੇ, ਜਗ੍ਹਾ ਨੂੰ ਕਬਜ਼ਾ ਕਰਾਉਣਾ ਚਾਹੁੰਦੇ ਨੇ। ਜਗ੍ਹਾ ਉਹ ਘੁਮਾਰ ਮੰਡੀ ਦੇ ਵਿੱਚ ਹੈਗੀ ਹੈ, ਕੀਮਤੀ ਚੀਜ਼ ਹੈ, ਉਹ ਕਾਰਪੋਰੇਸ਼ਨ ਦੇ ਕੋਈ ਜਿਹੜੇ ਮਿਲੀ ਭਗਤ ਹੈਗੇ ਨੇ ਉਹ ਹਥਿਆਉਣਾ ਚਾਹੁੰਦੇ ਨੇ। ਕੀ ਨਾਮ ਕੀ ਹੈ ਜੀ ਆਪਣਾ? ਸਤੀਸ਼ ਅਰੋੜਾ ਜੀ। ਮੁਤਾਬਕ ਡੈਮੋਲਿਸ਼ਨ ਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਨਜਾਇਜ਼ ਕਬਜ਼ੇ ਹੈ ਜਿਹੜੇ ਸਰਕਾਰੀ ਜ਼ਮੀਨਾਂ ਉੱਤੇ ਲੋਕਾਂ ਨੇ ਕੀਤੇ ਹੋਏ। ਇਸ ਸੰਬੰਧ ਵਿੱਚ ਹਾਈਕੋਰਟ ਦੇ ਵਿੱਚ ਕੰਟੈਂਪਟ ਪੈਂਡਿੰਗ ਹੈ, ਉਹਦੇ ਰਿਗਾਰਡਿੰਗ ਦੀ ਕਾਰਵਾਈ ਅੱਜ ਕੁਮਾਰ ਮੰਡੀ ਦੇ ਵਿੱਚ ਕੀਤੀ ਜਾ ਰਹੀ ਹੈ। ਬਾਕੀ ਦੀ ਕਾਫੀ ਜਗ੍ਹਾ ਹੈਗੀ ਹੈ, ਉਹਨਾਂ ਦੀ ਪ੍ਰੋਪਰ ਇੱਕ ਇੱਕ ਲਿਸਟ ਬਣੀ ਹੋਈ ਹੈ। ਇਸ ਤੋਂ ਬਾਅਦ ਮੈਂ ਦੇਖਾਂਗੇ ਕਿ ਜਿਹੜਾ ਵੀ ਪ੍ਰੋਬਲਮ ਬਣੇਗਾ ਉਹਦੇ ਅਕੋਰਡਿੰਗ ਦੀ ਕਾਰਵਾਈ। ਇਸ ਸਥਾਨ ਉੱਤੇ ਟੋਟਲ 60 ਕਬਜ਼ੇ ਸੀ, ਜਗ੍ਹਾ ਕਿੰਨੀ ਜੀ? ਮੈਡਮ ਕੁਛ ਲੋਕ ਕਹਿ ਰਹੇ ਨੇ ਕਿ ਸਾਡੇ ਕੋਲ ਹਾਈਕੋਰਟ ਦਾ ਸਟੇ ਆਇਆ ਹੈ। ਸਰ ਕੋਈ ਸਟੇ ਨਹੀਂ ਹੈ, ਜੋ ਸਟੇ ਸੀਗੇ ਪਾਰਿਜ ਹੋ ਚੁੱਕੇ ਨੇ 2012 ਦੇ ਵਿੱਚ। ਤੁਸੀਂ ਟੋਟਲ ਪਹਿਲਾਂ ਨੇ ਕੋਈ ਵਾਰਨਿੰਗ ਦਿੱਤੀ ਸੀ? ਹਾਂਜੀ, ਪੂਰੀ ਵਾਰਨਿੰਗ ਦਿੱਤੀ ਹੈ, ਰੋਬ ਹੈ, ਪੂਰੀ ਵਾਰਨਿੰਗ ਦਿੱਤੀ ਹੈ। ਜਿਹੜਾ ਡੈਮੋਲੀਸ਼ਨ ਆਰਡਰ ਦਿੱਤੇ ਨੇ ਉਹਨਾਂ ਨੂੰ ਵੀ ਸੁਣਵਾਈ ਹੋਈ ਹੈ, ਉੱਪਰ ਸਪੀਕਿੰਗ ਆਰਡਰ ਪਾਸ ਹੋਏ ਨੇ, ਉਹ ਪਾਸ ਹੀ ਇਹਨਾਂ ਨੂੰ ਆਰਡਰ ਜਿਹੜੇ ਨੇ ਕਨਵੇ ਕੀਤੇ ਗਏ। ਇਸ ਤੋਂ ਬਾਅਦ ਕਿੱਧਰ ਪੂਰਾ ਟਾਈਮ ਦਿੱਤਾ ਗਿਆ? ਇਸ ਤੋਂ ਬਾਅਦ ਮੈਡਮ ਕਿੱਧਰ ਜਾਣਾ? ਦਾ ਇਹ ਭਾਰੀ ਵਿਰੋਧ ਕਾਰਨ ਇੱਥੇ ਮਾਹੌਲ ਬਹੁਤ ਤਣਾਅਪੂਰਨ ਬਣ ਗਿਆ, ਜਿਸ ਤੋਂ ਬਾਅਦ ਮੌਕੇ ਤੇ 500 ਪੁਲਿਸ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ। ਇਸ ਤੋਂ ਇਲਾਵਾ ਕੁਮਾਰ ਮੰਡੀ ਦੇ ਨਾਲ ਲੱਗਦੇ ਇਲਾਕਿਆਂ ਨੂੰ ਸੀਲ ਕਰ ਦਿੱਤਾ ਗਿਆ। ਲੋਕਾਂ ਨੂੰ ਸ਼ਾਂਤ ਕਰਵਾ ਰਹੀ ਪੁਲਿਸ ਤੇ ਵੀ ਪਥਰਾਅ ਕੀਤੇ ਜਾਣ ਦੀ ਖਬਰ ਪ੍ਰਾਪਤ ਹੋਈ ਹੈ। MLA ਸੁਰਿੰਦਰ ਡਾਵਰਾ ਤੇ ਕੌਂਸਲਰ ਗੁਰਪ੍ਰੀਤ ਗੋਗੀ ਦਾ ਕਹਿਣਾ ਹੈ ਕਿ ਇਹ ਦੁਕਾਨਾਂ ਦਾ ਸਟੇ ਆਰਡਰ ਉਹਨਾਂ ਦੇ ਕੋਲ ਹੈ ਤੇ ਇਹ ਦੁਕਾਨਾਂ ਨਜਾਇਜ਼ ਨਹੀਂ ਹਨ। ਦੁਕਾਨਾਂ ਦੀ ਤੋੜਫੋੜ ਦਾ ਵਿਰੋਧ ਕਰ ਰਹੇ ਕੌਂਸਲਰ ਗੁਰਪ੍ਰੀਤ ਗੋਗੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ, ਪਰ ਬਾਅਦ ਵਿੱਚ ਛੱਡ ਦਿੱਤਾ ਗਿਆ। ਲੁਧਿਆਣਾ ਤੋਂ ਅੰਮ੍ਰਿਤਪਾਲ ਸਿੰਘ ਦੀ ਰਿਪੋਰਟ।